गुड मॉर्निंग वेलफेयर क्लब अते बाबा फरीद कॉलेज ऑफ नर्सिंग वालों मानयोग स्पीकर कुलतार सिंह संधवा दी नशे भजाइए जवानी बचाइए मुहिम नूं अगे तुरन लई अज बाबा फरीद नर्सिंग कॉलेज विखे नशा विरोधी सैमीनार करवाया गया। नशा विरोधी हेल्पलाइन नंबर है ड्रग हेल्पलाइन 75-270-2929 डिस्ट्रिक्ट फरीदकोट च किते भी जेकर किसी व्यक्ति नूं इह लगदा है कि उहदे घर दे लागे कोई बंदा नशा वेच रहा है जां उह नशे दा सेवन करदा ते उहदा इलाज कराना चाहुंदा है इस नंबर ते सानूं उहदी सूचना दे सकदा। एक कला आपां इहदे विच सरकार ते निर्भर रहिए आपां जिहड़े समाज नूं जिहड़े साडे लोक जिहड़े साडा आला दुआला जे खेतर होवेगा जिहड़े स्टूडेंट लाइफ है जां उहनां नूं आपां नूं जागरूक करदे रहना चाहीदा अपने आंढ गुआंढ भी दसना चाहीदा अपने लिंक च भी दसना चाहीदा और नशे आले नाल मेरे ख्याल नाल कोई सरोकार नहीं चाहीदा अपना ना कोई वर्तवरा ना कोई रिश्ते का। ਹਾਂਜੀ ਮਹਿੰਦੀ ਰਤਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਬਾਰੇ? ਗੁੱਡ ਮਾਰਨਿੰਗ ਵੈਲਫੇਅਰ ਕਲੱਬ ਅਤੇ ਬਾਬਾ ਫਰੀਦ ਕਾਲਜ ਆਫ ਨਰਸਿੰਗ ਵੱਲੋਂ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਨਸ਼ੇ ਭਜਾਈਏ ਜਵਾਨੀ ਬਚਾਈਏ ਮੁਹਿੰਮ ਨੂੰ ਅੱਗੇ ਤੁਰਨ ਲਈ ਅੱਜ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਉਹਦੇ ਵਿੱਚ ਵੱਖ ਵੱਖ ਬੁਲਾਰਿਆਂ ਨੇ ਇਹ ਦੱਸਿਆ ਕਿ ਕੁਝ ਨੌਜਵਾਨਾਂ ਦੀ ਜਿਹੜੀ ਭੂਮਿਕਾ ਬਣਦੀ ਹੈ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਤੰਦਰੁਸਤ ਸਮਾਜ ਦੀ ਸਿਰਜਣਾ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਉਹਨਾਂ ਨੌਜਵਾਨ ਬੱਚਿਆਂ ਤੇ ਬੱਚੀਆਂ ਨੇ ਹੱਥ ਖੜੇ ਕਰਕੇ ਪ੍ਰਣ ਕੀਤਾ ਕਿ ਅਸੀਂ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਬਣਦਾ ਯੋਗਦਾਨ ਪਾਵਾਂਗੇ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ? ਇਹਦੇ ਚ ਇੱਕ ਤਾਂ ਸਾਡਾ ਹੈਲਪਲਾਈਨ ਨੰਬਰ ਹੈਗਾ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ ਹੈ ਡਰੱਗ ਹੈਲਪਲਾਈਨ 75-270-2929 ਡਿਸਟ੍ਰਿਕਟ ਫਰੀਦਕੋਟ ਚ ਕਿਤੇ ਵੀ ਜੇਕਰ ਕਿਸੇ ਵਿਅਕਤੀ ਨੂੰ ਇਹ ਲੱਗਦਾ ਹੈ ਕਿ ਉਹਦੇ ਘਰ ਦੇ ਲਾਗੇ ਕੋਈ ਬੰਦਾ ਨਸ਼ਾ ਵੇਚ ਰਿਹਾ ਹੈ ਜਾਂ ਉਹ ਨਸ਼ੇ ਦਾ ਸੇਵਨ ਕਰਦਾ ਤੇ ਉਹਦਾ ਇਲਾਜ ਕਰਾਉਣਾ ਚਾਹੁੰਦਾ ਇਸ ਨੰਬਰ ਤੇ ਸਾਨੂੰ ਉਹਦੀ ਸੂਚਨਾ ਦੇ ਸਕਦਾ। ਇਸ ਤੋਂ ਇਲਾਵਾ ਸਾਡੇ ਮੋਬਾਈਲ ਨੰਬਰ ਵੈਬਸਾਈਟ ਤੇ ਅਵੇਲੇਬਲ ਨੇ। ਇਹੋ ਜਿਹੇ ਸੈਮੀਨਾਰ ਅਸੀਂ ਰੈਗੂਲਰਲੀ ਕਰਵਾਉਂਦੇ ਰਹਿੰਦੇ ਹਾਂ। ਅੱਜ ਇੱਥੇ ਬਾਬਾ ਫਰੀਦ ਨਰਸਿੰਗ ਕਾਲਜ ਦੇ ਵਿੱਚ ਸੈਮੀਨਾਰ ਹੋਇਆ ਅਤੇ ਇਸ ਤੋਂ ਇਲਾਵਾ ਸਾਡੇ ਪੁਲਿਸ ਵੱਲੋਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਅਤੇ ਸ਼ਹਿਰ ਦੇ ਵਿੱਚ ਕਈ ਜਗ੍ਹਾ 'ਤੇ ਸੈਮੀਨਾਰ ਕੀਤੇ ਗਏ ਆ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਇਹ ਜਿਹੜੀ ਨਸ਼ੇ ਦੀ ਜਿਹੜੀ ਪ੍ਰੋਬਲਮ ਹੈ ਇਹ ਇੱਕ ਸਮਾਜਿਕ ਪ੍ਰੋਬਲਮ ਹੈ ਅਤੇ ਇਹਨੂੰ ਆਪਾਂ ਸਾਰੇ ਇਕੱਠੇ ਮਿਲ ਕੇ ਹੱਲ ਕਰ ਸਕਦੇ। ਸਰ ਕੁਝ ਲੋਕ ਨਾ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਡਰਦੇ ਆ ਨਸ਼ਾ ਤਸਕਰ ਗੱਲ ਨਾ ਪੈਣ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹੋ ਜਿਹੀ ਕੋਈ ਗੱਲ ਨਹੀਂ ਹੈ। ਹੁਣ ਜਿਵੇਂ ਅਸੀਂ ਜਿਵੇਂ ਆਹ ਮੋਬਾਈਲ ਨੰਬਰ ਅਸੀਂ ਜਾਰੀ ਕੀਤਾ ਇਹਦੇ ਵਿੱਚ ਤੁਹਾਡੀ ਆਈਡੈਂਟੀ ਜਿਹੜੀ ਹੈਗੀ ਸੇਫ ਰਹੇਗੀ। ਅਸੀਂ ਵਾਪਸ ਤੁਹਾਡੇ ਤੋਂ ਨਹੀਂ ਪੁੱਛਾਂਗੇ ਕਿ ਤੁਸੀਂ ਕੌਣ ਹੋ ਜਿਹੜੇ ਇਨਫੋਰਮੇਸ਼ਨ ਦੇ ਰਹੇ ਹੋ ਅਤੇ ਡਰ ਕੇ ਆਪਾਂ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਆਪਾਂ ਨੂੰ ਕਿਉਂਕਿ ਜਿਹੜਾ ਐਡਮਿਨਿਸਟ੍ਰੇਸ਼ਨ ਉਸ ਬੰਦੇ ਦੇ ਨਾਲ ਹੈ ਜਿਹੜਾ ਬੰਦਾ ਇਨਫੋਰਮੇਸ਼ਨ ਦੇ ਰਿਹਾ ਹੈ ਤਾਂ ਇਹਦੇ 'ਚ ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਔਰ ਆਪਾਂ ਸਮਾਜ ਨੂੰ ਸਾਫ਼ ਕਰਨ ਦਾ ਜਾਂ ਵਧੀਆ ਬਣਾਉਣ ਦਾ ਕੰਮ ਕਰ ਰਹੇ ਹਾਂ ਇਹਦੇ 'ਚ ਡਰਨ ਵਾਲੀ ਬਿਲਕੁਲ ਕੋਈ ਗੱਲ ਹੋਣੀ ਨਹੀਂ ਚਾਹੀਦੀ। ਧਾਲੀਵਾਲ ਸਾਹਿਬ ਅੱਜ ਜਿਹੜਾ ਸੈਮੀਨਾਰ ਕਰਾਇਆ ਗਿਆ ਨਸ਼ਾ ਵਿਰੋਧੀ ਔਰ ਸਰਕਾਰ ਦੀਆਂ ਕੀ ਪ੍ਰਾਪਤੀਆਂ ਔਰ ਕੀ ਅੱਗੇ ਸਕੀਮਾਂ ਨੇ ਇਸ ਬਾਰੇ ਸਰਕਾਰ ਦੀਆਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਦੇਖੋ ਜਿਹੜਾ ਨਸ਼ੇ ਦਾ ਖੂਹ ਦਾ ਜਿਹੜਾ ਚਿੱਟੇ ਦਾ ਖੋਹ ਹੈ ਇਹਦੀਆਂ ਜੜ੍ਹਾਂ ਬਹੁਤ ਮੋਟੀਆਂ ਫੈਲੀਆਂ ਹੋਈਆਂ ਅਤੇ ਇਹਨੂੰ ਅਸੀਂ ਖਤਮ ਕਰਨ ਵਾਸਤੇ ਜਿਹੜੀ ਆਪ ਸਰਕਾਰ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬਾਂ ਨੇ ਮਹੰਤ ਮਾਨ ਜੀ ਸਾਡੇ ਮਾਨਯੋਗ ਸਪੀਕਰ ਸਾਡਾ ਕੁਲਤਾਰ ਸਿੰਘ ਸੰਧਵਾ ਜੀ ਅਤੇ ਸਾਡੀ ਜਿਹੜੀ ਸਮੁੱਚੀ ਟੀਮ ਹੈ ਇਸ ਬੁਰਾਈ ਨੂੰ ਖਤਮ ਕਰਨ ਵਾਸਤੇ ਅਸੀਂ ਜਦੋਂ ਯਾਦ ਕਰ ਰਹੇ ਹਾਂ ਅਤੇ ਸਾਨੂੰ ਪੂਰੇ ਰੂਪ ਦਾ ਆਸ ਹੈ ਵੀ ਜਿਹੜੇ ਇਹਦੇ ਨਤੀਜੇ ਚੰਗੇ ਸਾਹਮਣੇ ਆਉਣਗੇ ਅਤੇ ਅਸੀਂ ਪਿੰਡਾਂ ਦੇ ਵਿੱਚ ਵੀ ਮਾਨਯੋਗ ਸਪੀਕਰ ਸਾਹਿਬ ਵੱਲੋਂ ਨਸ਼ੇ ਭਜਾਈਏ ਜਵਾਨੀ ਭਜਾਈਏ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅੱਜ ਜਿਹੜਾ ਇੱਥੇ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਅਤੇ ਗੁੱਡ ਮਾਰਨਿੰਗ ਕਲੱਬ ਵਾਲਿਆਂ ਵੱਲੋਂ ਸਾਂਝੇ ਤੌਰ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਇਸ ਅਨਾਮਤ ਦੇ ਖਿਲਾਫ਼ ਆਪਣੀਆਂ ਦਲੀਲਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਬੜਾ ਵਧੀਆ ਕਦਮ ਚੁੱਕਿਆ ਗਿਆ। ਇਸ ਤਰ੍ਹਾਂ ਦੇ ਸੈਮੀਨਾਰ ਕਰਨ ਦੇ ਸਮੇਂ ਦੀ ਲੋੜ ਹੈ ਕਿ ਇੱਕ ਇਕੱਲਾ ਆਪਾਂ ਇਹਦੇ ਵਿੱਚ ਸਰਕਾਰ ਤੇ ਨਿਰਭਰ ਰਹੀਏ ਆਪਾਂ ਜਿਹੜੇ ਸਮਾਜ ਨੂੰ ਜਿਹੜੇ ਸਾਡੇ ਲੋਕ ਜਿਹੜੇ ਸਾਡਾ ਆਲਾ ਦੁਆਲਾ ਜੇ ਖੇਤਰ ਹੋਵੇਗਾ ਅਤੇ ਫਿਰ ਹੀ ਆਪਾਂ ਇਸ ਪੂਰੀ ਬੁਰਾਈ ਦਾ ਸਾਹਮਣਾ ਕਰ ਸਕਦੇ ਹਾਂ ਇਹਦਾ ਬੁਰਾਈ ਦਾ ਖਾਤਮਾ ਕਰ ਸਕਦੇ ਹਾਂ।
ਜੇ ਕੋਈ ਵੀ ਆਪਣੇ ਇਲਾਕੇ ਦੇ ਵਿੱਚ ਚਿੱਟਾ ਵੇਚਦਾ ਹੈ ਤਾਂ ਆਪਾਂ ਜਿਹੜਾ ਉਹਦਾ ਪੁਲਿਸ ਨੂੰ ਆਪਾਂ ਕੰਪਲੇਂਟ ਕਰ ਸਕਦੇ ਹਾਂ, ਉਹਦਾ ਸਾਡਾ ਨੰਬਰ ਹੈਗਾ ਜਿਹੜਾ ਹੈਗਾ ਪੁਲਿਸ ਨੂੰ ਸਲਾਹ ਦੇਣ ਵਾਸਤੇ ਹੈਗਾ 75270-29-09। ਤੇ ਇਸ ਤੋਂ ਇਲਾਵਾ ਜੇ ਕੋਈ ਨੌਜਵਾਨ ਇਸ ਅਲਾਰਮ ਵਿੱਚ ਆ ਗਿਆ ਉਹ ਛੁਟਕਾਰਾ ਪਾਉਣਾ ਚਾਹੁੰਦਾ ਤੇ ਉਹਦੇ ਵਾਸਤੇ ਅਸੀਂ ਇੱਕ ਪ੍ਰਬੰਧ ਕੀਤਾ, ਉਹਨਾਂ ਦੇ ਇਲਾਜ ਵਾਸਤੇ ਪ੍ਰਬੰਧ ਕੀਤਾ। ਉਹ ਕੋਈ ਵੀ ਹੈਗਾ 99-152-50-52 ਨੰਬਰ ਤੇ ਸੰਪਰਕ ਕਰ ਸਕਦਾ। ਜੇ ਇਸ ਨੰਬਰ ਤੇ ਸੰਪਰਕ ਨਹੀਂ ਹੁੰਦਾ, ਜਿਹੜੀ ਸਾਡੀ ਟੀਮ ਹੈ, ਮੇਰਾ ਨੰਬਰ ਹੈ 96-152-1720 ਹੈ, ਜਾਂ ਸਾਡੇ ਚੇਅਰਮੈਨ ਸਾਹਿਬ ਮਿਲ ਜਾਂਦੀ ਜੀ ਨੇ, ਸਾਡੀ ਸਪੀਕਰ ਸਾਡੀ ਕਿਸੇ ਵੀ ਟੀਮ ਦੇ ਮੈਂਬਰ ਨਾਲ ਕਿਸੇ ਨਾਲ ਵੀ ਸੰਪਰਕ ਕਰ ਸਕਦਾ। ਅਸੀਂ ਉਹਨਾਂ ਦੀ ਹਰ ਸੰਭਵ ਮਦਦ ਕਰਾਂਗੇ ਤਾਂ ਕਿ ਉਹ ਜਿਹੜਾ ਸਹੀ ਰਸਤੇ ਤੇ ਫਿਰ ਆ ਸਕੇ। ਸਰ, ਅੱਜ ਨਸ਼ਾ ਵਿਰੋਧੀ ਸੈਮੀਨਾਰ ਕਰਾਇਆ ਗਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਬਹੁਤ ਚੰਗੀ ਕਿਰਤ ਹੈ, ਇਹ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਨੂੰ ਤਾਂ ਪਤਾ ਹੀ ਹੈ ਵੀ ਨਸ਼ਾ ਬਹੁਤ ਮਾੜੀ ਚੀਜ਼ ਹੈ। ਇਹ ਜਿਹੜੇ ਸਟੂਡੈਂਟ ਲਾਈਫ ਹੈ ਜਾਂ ਉਹਨਾਂ ਨੂੰ ਆਪਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ, ਆਪਣੇ ਆਂਢ ਗੁਆਂਢ ਵੀ ਦੱਸਣਾ ਚਾਹੀਦਾ, ਆਪਣੇ ਲਿੰਕ ਚ ਵੀ ਦੱਸਣਾ ਚਾਹੀਦਾ, ਔਰ ਨਸ਼ੇ ਵਾਲੇ ਨਾਲ ਮੇਰੇ ਖਿਆਲ ਨਾਲ ਕੋਈ ਸਰੋਕਾਰ ਨਹੀਂ ਚਾਹੀਦਾ ਆਪਣਾ, ਨਾ ਕੋਈ ਵਰਤਵਾਰਾ ਨਾ ਕੋਈ ਰਿਸ਼ਤੇਦਾਰ। ਸਰ, ਜਵਾਨੀ ਦਾ ਸੈਮੀਨਾਰ ਕਰਵਾਇਆ ਗਿਆ, ਇਹਦੇ ਬਾਰੇ ਜਾਣਕਾਰੀ? ਨਸ਼ੇ ਬਚਾਈਏ, ਜਵਾਨੀ ਬਚਾਈਏ, ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਪੀਕਰ ਕਰਤਾਰ ਸਿੰਘ ਸੰਧੂ ਵੱਲੋਂ ਨਸ਼ਿਆਂ ਦੀ ਬੁਰਾਈ ਦੇ ਖਿਲਾਫ ਵਿੱਢੀ ਹੋਈ ਮਹਿਮ ਦੇ ਤਹਿਤ ਅੱਜ ਨਸ਼ਾ ਵਿਰੋਧੀ ਸੈਮੀਨਾਰ ਜੋ ਇੱਥੇ ਹੋਇਆ ਹੈ, ਮਾਣਯੋਗ ਸਾਡੇ ਹਰਜੀਤ ਸਿੰਘ SSP IPS ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਆਏ ਸੀਗੇ, ਔਰ ਐਡਵੋਕੇਟ ਵੀਰਦਿੰਦਰ ਸਿੰਘ ਸੰਧਵਾਂ ਜੀ ਆਏ ਸੀਗੇ, ਸੋ SMO ਸਾਹਿਬ ਆਏ ਸੀਗੇ, ਔਰ ਸਾਡੇ ਚੇਅਰਮੈਨ ਸਾਹਿਬ ਆਏ ਸੀ। ਸੋ ਬਹੁਤ ਵਧੀਆ ਉਪਰਾਲਾ ਸਾਨੂੰ ਲੱਗਦਾ, ਕਿਉਂਕਿ ਅੱਜ ਦਾ ਜਿਹੜਾ ਰੱਖਣਾ ਵਿਦਿਆਰਥੀਆਂ ਨੂੰ ਸਮਝਾਉਣਾ, ਕਿਉਂਕਿ ਸਾਡੇ ਵਿਦਿਆਰਥੀ ਮੈਡੀਕੋਜ ਨੇ, ਇਹ ਵਿਦਿਆਰਥੀ ਗਾਂਹ ਲੋਕਾਂ ਵਿੱਚ ਬਹੁਤ ਜਲਦੀ ਸੁਧਾਰ ਲਿਆ ਸਕਦੇ, ਕਿਉਂਕਿ ਜੇਕਰ ਸਾਡਾ ਇੱਕ ਵਿਦਿਆਰਥੀ ਜਾਵੇ ਤਾਂ ਹਰ ਰੋਜ਼ ਇੱਕ ਪੇਸ਼ੈਂਟ ਨੂੰ, ਇੱਕ ਮਰੀਜ਼ ਨੂੰ, ਇੱਕ ਨਸ਼ੇ ਵਾਲੇ ਨੂੰ ਠੀਕ ਕਰ ਸਕਦਾ। ਸੋ ਪੜ੍ਹੇ ਲਿਖੇ ਬੱਚਿਆਂ ਨੂੰ ਇਹ ਗੱਲ ਪਹੁੰਚਾਉਣੀ ਤਾਂ ਜੋ ਬੱਚੇ ਸੋਸ਼ਲ ਮੀਡੀਆ ਰਾਹੀਂ ਇਸ ਲਈ ਹੋਰ ਲੋਕਾਂ ਨੂੰ ਅਵੇਅਰ ਕਰਨ, ਆਪਣੇ ਮਾਂ ਬਾਪ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਆਂਢ ਗੁਆਂਢ ਲੋਕਾਂ ਨੂੰ, ਉਹਨਾਂ ਨੂੰ ਅਵੇਅਰ ਕਰਨ ਕਿ ਨਸ਼ਿਆਂ ਦੇ ਕਰਕੇ ਸਾਡੇ ਸਰੀਰ ਵਿੱਚ ਕਿਹੜੇ ਮਾੜੇ ਅਸਰ ਹੁੰਦੇ ਹਨ। ਇਹ ਬੱਚੇ ਸਾਡੇ ਮੈਡੀਕੋਜ, ਖਾਸ ਕਰ ਨਰਸਿੰਗ ਕਰਨ ਵਾਲੇ ਬੱਚੇ ਸਮਝਾ ਸਕਦੇ, ਇਸ ਤਹਿਤ ਅਸੀਂ ਇਹ ਰੱਖਿਆ ਗਿਆ। ਸੋ ਸਾਰਾ ਤੁਹਾਡਾ ਵੀ, ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜੀ।